ਨੀ ਅੱਜ ਦੀ ਵੀਡੀਓ ਕਈ ਦੋਸਤਾਂ ਨੂੰ ਸਾਡਾ ਨੂੰ ਬੋਰ ਲੱਗੇਗੀ ਕਈਆਂ ਵਾਸਤੇ ਬਹੁਤ ਅੱਛੀ ਵੀਡੀਓ ਹੈ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁਅਲੈਕਮ ਨਾਜ਼ਰੀਨ ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਣਕਾਵਿਸ਼ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੁਸੀਂ ਦੇਖ ਰਹੇ ਹੋ YouTube ਚੈਨਲ ਆਪਣਾ ਮੁੰਡੀ ਹਲ ਸਰ ਅਸੀਂ ਇਸ ਟਾਈਮ ਆਪਣੇ ਬੈਠੇ ਦੇ ਆ ਕਮਰੇ 'ਚ ਨਾਨਾ ਜੀ ਸਾਡੇ ਆਏ ਦੇ ਜਲਾਲਾ ਸ਼ਰੀਫ ਮੀਰਪੁਰ ਸੈਨੀਆਂ ਤੋਂ ਤੇ ਮੈਂ ਕਿਹਾ ਚਲੋ ਇਹਨਾਂ ਨਾਲ ਥੋੜੀ ਜਿਹੀ ਗੱਪਸ਼ਪ ਲਾ ਲਈਏ ਅਸਲਾਮੁਅਲੈਕਮ ਨਾਨਾ ਜੀ ਕੀ ਹਾਲ ਜੀ ਠੀਕ ਠਾਕ ਜੀ ਵਾਲੇਕੁਮ ਅਸਲਾਮ ਠੀਕ ਹੈ ਜੀ ਅੱਲਾ ਦਾ ਫਾਜ਼ਲ ਹੈ ਹੁਣ ਸਾਨੂੰ ਸੇਵ ਦੀ ਸਬਕ ਕਰੀਏ ਸਭ ਅੱਲਾ ਦਾ ਕਰਮ ਸੇ ਠੀਕ ਹੈ ਅੱਛਾ ਸਵਾਬ ਨਾਲ ਤੁਸੀਂ ਆਏ ਰਹੇ ਮੈਂ ਤੁਹਾਡੇ ਕੋਲ ਇਹ ਪੁੱਛਣਾ ਸੀ ਕਿ ਜਦੋਂ 1947 ਚੋਂ ਪਾਕਿਸਤਾਨ ਇੰਡੀਆ علیحدਾ ਹੋਇਆ ਸੀ ਤੇ ਜਿਹੜੇ ਪਾਕਿਸਤਾਨ ਦੇ ਮੇਰੇ ਕਈ ਐਸੇ ਦੋਸਤ ਨੇ ਜਾਂ ਬਜ਼ੁਰਗ ਨੇ ਪੁੱਛਦੇ ਨੇ ਕਿ ਯਾਰ ਇੰਡੀਆ 'ਚ ਸਾਡੀ ਜ਼ਮੀਨ ਰਹਿ ਗਈ ਸਾਨੂੰ ਪਾਕਿਸਤਾਨ ਚ ਹਲਾਟ ਨਹੀਂ ਹੋਈ ਉਹਦਾ ਕੀ ਸਹਾਕਤਾ ਵਾ ਮਸਨ ਜਿਨ੍ਹਾਂ ਨੂੰ ਪਾਕਿਸਤਾਨ ਚ ਹਲਾਟ ਨਹੀਂ ਨਾ ਹੋਈ ਜਿਹੜੇ ਇੰਡੀਆ ਤੋਂ ਹੀ ਜਿਹਰਤ ਕਰਕੇ ਆਏ ਹਾਂਜੀ ਸਾਡਾ ਰਿਕਾਰਡ ਜਿਹੜਾ ਨਾ ਇੰਡੀਆ ਨੇ ਉਹ ਲਾਹੌਰ ਭੇਜ ਦਿੱਤਾ ਰੈਵਨਿਊ ਬੋਰਡ ਚ ਅੱਛਾ ਈ ਉਥੋਂ ਜਾ ਕੇ ਪਤਾ ਕਰਨਾ ਪੈਂਦਾ ਲਾਹੌਰੋਂ ਸਹੀ ਜਿਹੜੇ ਹਥੋਂ ਹਿੰਦੁਸਤਾਨ ਚ ਗਏ ਹਿੰਦੂ ਹਾਂਜੀ ਉਹਨਾਂ ਦਾ ਰਿਕਾਰਡ ਹਿੰਦੁਸਤਾਨ ਚ ਹੈ ਅੱਛਾ ਈ ਹਾਂਜੀ ਉਹ ਇਥੋਂ ਪਾਕਿਸਤਾਨ ਤੋਂ ਉੱਥੇ ਪਹੁੰਚ ਗਿਆ ਉਹ ਆਪਣਾ ਰੈਵਨਿਊ ਬੋਰਡ ਜਿਹੜਾ ਵੀ ਉਹਨਾਂ ਦਾ ਹੈ ਉਥੋਂ ਪਤਾ ਕਰਨ ਸਹੀ ਹਾਂਜੀ ਨਹੀਂ ਮਸਾਲਾ ਜੇ ਜਿਹੜੇ ਇੰਡੀਆ ਚਲੇ ਗਏ ਹਾਂਜੀ ਉਹਨਾਂ ਨੇ ਪਾਕਿਸਤਾਨ ਚੋਂ ਅਗਰ ਪਤਾ ਕਰਨਾ ਹੈ ਤੇ ਸਾਡੇ ਜ਼ਿਲ੍ਹਾ ਨਰਵਲ ਚ ਹਾਂ ਇੱਕ ਤੇ ਮੇਨ ਇੱਕ ਸ਼ਹਿਰ ਹੈ ਪਾਕਿਸਤਾਨ ਚ ਉਹਨਾਂ ਨੂੰ ਪਤਾ ਕਰਨ ਦੀ ਜ਼ਰੂਰਤ ਪਏ ਤੇ ਲਾਹੌਰ ਰੈਵਨੂ ਬੋਰਡ ਅੱਛਾ ਹਾਂਜੀ ਹਾਈ ਕੋਰਟ ਦੇ ਕੋਲ ਲੇਕਿਨ ਪਹਿਲੇ ਆਪਣੇ ਉਧਰੋਂ ਹਾਂ ਪਹਿਲੇ ਆਪਣੇ ਕੋਗੇ ਰਿਕਾਰਡ ਅਧਰ ਬਦਲ ਕਰ ਦਿੱਤੇ ਨਾ ਉਹਨਾਂ ਦੇ ਅਧਰ ਆ ਗਏ ਅਧਰ ਵਾਲੇ ਜਿਹੜੇ ਉਧਰ ਗਏ ਹਿੰਦੁਸਤਾਨ ਦੇ ਉਹਨਾਂ ਦੇ ਉਧਰ ਚਲੇ ਗਏ ਸਹੀ ਹਾਂਜੀ ਉਹ ਹਿੰਦੂਸਾਂ ਨੂੰ ਆਪਣੇ ਰੈਵਲਿਊ ਬੋਰਡ ਚੋਂ ਪਤਾ ਕਰਨ ਜੇ ਨਹੀਂ ਉੱਥੇ ਉਹਨਾਂ ਨੂੰ ਪਤਾ ਲੱਗਦਾ ਫਿਰ ਲਾਹੌਰ ਪਾਕਿਸਤਾਨ ਚ ਅੱਛਾ ਸਾਡਾ ਰੈਵਲਿਊ ਬੋਰਡ ਜਿਹੜਾ ਲਾਹੌਰ ਹੈ ਲਾਹੌਰ ਹੈ ਸਹੀ ਹੈ ਤੇ ਜਿਹੜੇ ਪਾਕਿਸਤਾਨ ਜਿਹੜੇ ਆਏ ਤੇ ਪਾਕਿਸਤਾਨ ਚ ਉਹਨਾਂ ਨੂੰ ਜ਼ਮੀਨ ਅਲਾਟ ਨਹੀਂ ਹੋਈ ਹਾਂਜੀ ਉਹ ਪਾਕਿਸਤਾਨ ਚੋਂ ਪਤਾ ਕਰਨੀ ਹੈ ਇੰਡੀਆ ਚ ਉਹ ਦਿੱਲੀ ਵੀ ਪਤਾ ਕਰਦੇ ਨੇ ਅੱਛਾ ਜੀ ਇੰਡੀਆ ਜੀ ਸਹੀ ਜੇ ਆ ਨਹੀਂ ਤੇ ਆਪਣਾ ਜ਼ਿਲ੍ਹਾ ਜਿਹੜਾ ਵੀ ਉਹਨਾਂ ਦਾ ਹੈ ਗੁਰਦਾਸਪੁਰ ਆ ਤੇ ਗੁਰਦਾਸਪੁਰ ਤੋਂ ਪਤਾ ਕਰਨ ਸਾ ਡਾਇਰੈਕਟ ਪਾਕਿਸਤਾਨ ਚ ਨਹੀਂ ਪਤਾ ਲੱਗ ਸਕਦਾ ਨਹੀਂ ਡਾਇਰੈਕਟ ਅਸਰ ਨਹੀਂ ਸਭ ਮਸਾਂ ਕਿ ਅਸੀਂ ਉਧਰੋਂ ਨਹੀਂ ਪਤਾ ਕਰਾ ਸਕਦੇ ਤੇ ਨਾ ਉਹ ਵਾਲੇ ਸਾਡੇ ਕੋਲ ਇਧਰ ਪਤਾ ਕਰਵਾ ਸਕਦੇ ਨਹੀਂ ਇਹ ਨਹੀਂ ਬੋਰਡ ਚ ਜਾਂ ਜ਼ਿਲ੍ਹੇ ਚੋਂ ਜ਼ਿਲ੍ਹੇ ਚੋਂ ਤੇ ਮੁਸ਼ਕਲ ਹੋ ਸਕਦਾ ਹਾਂਜੀ ਮੁਸ਼ਕਲ ਹੈ ਤੇ ਜੇ ਹੋਏ ਤੇ ਜ਼ਿਲ੍ਹੇ ਚ ਤੇ ਜ਼ਿਲ੍ਹੇ ਚ ਨਹੀਂ ਹੋਏ ਤੇ ਫਿਰ ਰੈਵਨਿਊ ਬੋਰਡ ਚ ਰੈਵਨਿਊ ਬੋਰਡ ਇਹ ਰੈਵਨਿਊ ਬੋਰਡ ਜਿਹੜਾ ਡਿਵੀਜ਼ਨ ਵਾ ਵਾਈਸ ਹੁੰਦਾ ਜਾਂ ਪਾਕਿਸਤਾਨ ਚ ਜਾਂ ਇੰਡੀਆ ਚ ਪਾਕਿਸਤਾਨ ਚ ਕੋਈ ਹੈ ਲਾਹੌਰ ਹੀ ਆਉਂਦੇ ਅੱਛਾ ਲਾਹੌਰ ਹੀ ਹੈ ਪੂਰੇ ਪਾਕਿਸਤਾਨ ਦਾ ਹਾਂ ਤੇ ਇੰਡੀਆ ਚ ਵੀ ਇੱਕ ਹੀ ਹੈ ਇੰਡੀਆ ਚ ਵੀ ਇੱਕ ਹੀ ਹੋਏਗਾ ਹਾਂ ਇੰਡੀਆ ਵੈਸੇ ਬਹੁਤ ਬੜਾ ਸ਼ਾਇਦ ਜ਼ਿਆਦਾ ਹੋਣੀ ਹੈ ਬਹੁਤ ਜ਼ਿਆਦਾ ਅੰਦਾਜ਼ਾ ਵੀ ਇੱਕ ਹੀ ਹੈ ਉੱਥੇ ਵੀ ਅਚ ਜੀ ਹਾਂ ਅਗਰ ਕਿਸੇ ਨੇ ਪੁੱਛਣ ਦਾ ਮਕਸਦ ਤੁਹਾਡੇ ਕੋਲ ਇਹ ਹੀ ਹੈ ਵੀ ਅਗਰ ਕਿਸੇ ਨੇ ਆਪਣੀ ਕੋਈ ਜ਼ਮੀਨ ਅਲੋਟ ਨਹੀਂ ਹੋਈ ਦੋਵਾਂ ਮੁਲਕਾਂ ਚ ਅਗਰ ਜਿਹੜੇ ਆਏ ਨੇ 47 ਦਬਾ ਚਾਹੇ ਉਹ ਪਾਕਿਸਤਾਨੀ ਚਾਹੇ ਇੰਡੀਅਨ ਨੇ ਉਹ ਵੈਸੇ ਨਹੀਂ ਪਤਾ ਚੱਲ ਸਕਦਾ ਉਹਨਾਂ ਨੂੰ ਆਪਣੇ ਯੂਨੀਅਨ ਕਾਉਂਸਲ ਚੋਂ ਜਾਂ ਆਪਣੇ ਜ਼ਿਲ੍ਹੇ ਚੋਂ ਨਹੀਂ ਤਹਿਸੀਲ ਚੋਂ ਵੀ ਨਹੀਂ ਉਹ ਆਪਣੇ ਬੋਰਡ ਚ ਪਤਾ ਕਰ ਆਪਣੇ ਬੋਰਡ ਚ ਪਤਾ ਕਰਨਾ ਫਿਰ ਪਤਾ ਲੱਗ ਜਾਏਗਾ ਪਤਾ ਲੱਗ ਜਾਏਗਾ ਇਨਸ਼ਾਅੱਲਾ ਹੋਏਗਾ 47 ਦਾ ਰਿਕਾਰਡ ਹਾਂ ਬਿਲਕੁਲ ਉਸ ਵੇਲੇ ਦੇ ਰਿਕਾਰਡ ਜਿਹੜੇ ਨੇ ਉਹ ਦੋਵਾਂ ਮੁਲਕਾਂ ਨੇ ਰਦੋ ਬਦਲ ਕੀਤਾ ਅੱਛਾ ਜੀ ਇਧਰ ਵਾਲਿਆਂ ਦਾ ਰਿਕਾਰਡ ਉਧਰ ਕਾਲ ਦਿੱਤਾ ਜਿਹੜੇ ਗਏ ਇੰਡੀਆ ਚ ਜਿਹੜੇ ਇੰਡੀਆ ਚ ਆਏ ਉਹਨਾਂ ਦਾ ਉਧਰੋਂ ਰਿਕਾਰਡ ਮਲਕਈ ਦਾ ਇਧਰ ਆ ਗਿਆ ਸਹੀ ਹਾਂ ਜੀ ਮੇਰੇ ਇੱਕ ਦੇਖਣ ਵਾਲੇ ਸੀ ਸਾਡੇ ਉਹ ਕਹਿੰਦੇ ਸੀ ਜੀ ਸਾਡਾ ਪਿੰਡ ਜਿਹੜੀ ਨੇ ਆਪਣੇ ਐਸਾਨਪੁਰ ਦੇ ਲਾਗੇ ਆਦੋਨਾ ਪਿੰਡ ਹੈ ਹਾਂ ਉੱਧਰ ਸਾਡੀ ਕੋ ਜ਼ਮੀਨ ਜ਼ਮੂਨ ਹੈ ਸੀ ਤੇ ਅਸੀਂ ਆ ਗਏ ਇੱਧਰ 47 ਤੋਂ ਬਾਅਦ ਸਾਨੂੰ ਉੱਧਰ ਪਈ ਨਹੀਂ ਹਾਂਜੀ ਤੇ ਕੋਈ ਪਤਾ ਲੱਗ ਸਕਦਾ ਮੈਂ ਜੀ ਇੱਧਰ ਨਹੀਂ ਮੇਰਾ ਖਲਾ ਨਹੀਂ ਪਤਾ ਲੱਗ ਸਕਦਾ ਸਾਨੂੰ ਨਹੀਂ ਇੱਧਰੋਂ ਬਿਲਕੁਲ ਨਹੀਂ ਉਹ ਆਪਣੇ ਬੋਰਡ 'ਚ ਆਪਣੇ ਜ਼ਿਲ੍ਹੇ 'ਚ ਉਹ ਪੁੱਛਣ ਵੀ ਉਹਨਾਂ ਦਾ ਲੈਪ ਨਹੀਂ ਬੋਰਡ ਕਿਹੜਾ ਸਹੀ ਉੱਥੋਂ ਪਤਾ ਕਰਨਾ ਫਿਰ ਉਹ ਦੇਖਣ ਵੀ ਜਦੋਂ ਪਾਕਿਸਤਾਨ ਬਣਿਆ ਉਹ ਜ਼ਮੀਨ ਹੈ ਜਿਹੜੇ ਪੁੱਛਦੇ ਨੇ ਇਹਨਾਂ ਦੇ ਨਾਂ ਹੋਈਦੀ ਸੀ ਜਾਂ ਇਹਨਾਂ ਦੇ ਪਿਓ ਦੇ ਨਾਂ ਸੀ ਅੱਛਾ ਜਾਂ ਦਾਦੇ ਦੇ ਨਾਂ ਸੀ ਆਹ ਉਜਿਹਦੇ ਨਾਮ ਸੀ ਉਸ ਵੇਲੇ ਉਹਦਾ ਰੈਵ ਨੀ ਬੋਰਡ ਚੋਂ ਪਤਾ ਕਰਨਾ ਅੱਛਾ ਅੱਛਾ ਦਾਦਾ ਪਰਦਾਦਾ ਜਿਹੜਾ ਵੀ ਜਿਹਦੇ ਨਾਮ ਹੀ ਉਸ ਵੇਲੇ ਰਕਬਾ ਸੀ ਸਹੀ ਕਿਉਂਕਿ ਬੱਚੇ ਜੁੜਨ ਨਿੱਕੇ ਹੋਣ ਜਿਉਂ ਉਹਨਾਂ ਦੇ ਨਾਂ ਨਾ ਹੋਇਆ ਦਾ ਹੋਏ ਹਾਂਜੀ ਹਾਂਜੀ ਉਹ ਆਪਣੇ ਨਾਮ ਤੇ ਪਤਾ ਕਰਨ ਤੇ ਉਹ ਪਤਾ ਨਹੀਂ ਲੱਗੇਗਾ ਅੱਛਾ ਉਹ ਜਿਹਦੇ ਨਾਮ ਤੇ ਉਸ ਵੇਲੇ ਜਦੋਂ ਗਏ ਨੇ 47 ਜੀ ਉਹ ਰਕਬਾ ਸੀ ਉਹਦੇ ਨਾਮ ਤੇ ਪਤਾ ਕਰਨਾ ਫਿਰ ਪਤਾ ਲੱਗ ਜਾਏ ਹਾਂ ਬਿਲਕੁਲ ਪਤਾ ਲੱਗ ਜਾਏ ਤੇ ਇਹ ਅੱਜ ਵਿੱਚ 77 75 ਸਾਲ ਹੋ ਰਹੇ ਨੇ ਤੇ ਮਿਸਾਲ ਹੈ ਜੇ ਪਤਾ ਬੰਦਾ ਦੌੜ ਕਰੇ ਤੇ ਮਿਲ ਸਕਦੀ ਹੈ ਮਿਲ ਸਕਦੀ ਹੈ ਬਿਲਕੁਲ ਰਿਕਾਰਡ 'ਚ ਹੋਵੇ ਤੇ ਮਿਲ ਸਕਦੀ ਹੈ ਅਸਾਂ ਰਿਕਾਰਡ 'ਚ ਹੋਵੇ ਤੇ ਮਿਲ ਸਕਦੀ ਹੈ ਹੋਰ ਤੁਹਾਡੀ ਨਜ਼ਰ 'ਚ ਕੋਈ ਮਸਲ ਜਿਹੜਾ ਕੋਈ ਆਸਾਨੀ ਨਾਲ ਪਤਾ ਪੁੱਤਾ ਲੱਗ ਸਕਦਾ ਮਿਸਾਲ ਹੈ ਨਹੀਂ ਹੋਰ ਕੋਈ ਆਸਾਨੀ ਨਹੀਂ ਦੂ ਵੱਦ ਕਿਉਂਕਿ ਆਸਾਨੀ ਤੇ ਪਾਕਿਸਤਾਨ 'ਚ ਇਹ ਤੇ ਪਾਕਿਸਤਾਨ 'ਚ ਤੇ ਉਹ ਆ ਨਹੀਂ ਸਕਦੇ ਨਾ ਉਹਨਾਂ ਦਾ ਉੱਥੇ ਰਿਕਾਰਡ ਲੱਭਦਾ ਹੋਣ ਸਹੀ ਉਹ ਰਿਕਾਰਡ ਰੱਦੋ ਬਦਲ ਹੋ ਗਏ ਆਪਣੇ ਆਪਣੇ ਮੁਲਕ ਚੋਂ ਵੀ ਪਤਾ ਕਰ ਸਕਦੇ ਆ ਅਸੀਂ ਅਗਰ ਸਾਡੇ ਕੋ ਵੱਡੇ ਉਧਰ ਆਏ ਨਾ ਜ਼ਮੀਨ ਅਲਾਣ ਨਹੀਂ ਹੋਈ ਤਾਂ ਸਹੀ ਲਾਹੌਰ ਬੋਰਡ ਚੋਂ ਆਪਣੇ ਪਤਾ ਕਰ ਸਕਦੇ ਆ ਤੇ ਉਹ ਜਿਹੜਾ ਉਹਨਾਂ ਦਾ ਜਿਹੜਾ ਉਧਰ ਹੋਏਗਾ ਉਹ ਪਤਾ ਕਰ ਸਕਦੇ ਕੋਈ ਤਾਰੀਖ ਬਦਾਇਸ਼ ਦੀ ਗੱਲ ਹੋਵੇ ਕਿਸੇ ਦੀ ਤੇ ਉਹ ਜਿਹੜੇ ਆ ਉਹ ਇੱਥੋਂ ਉਧਰੋਂ ਆਪਣੇ ਜ਼ਿਲ੍ਹੇ ਚੋਂ ਪਤਾ ਕਰ ਸਕਦੇ ਨੇ ਉਧਰ ਆ ਕੇ ਇੱਥੋਂ ਵੀ ਪਤਾ ਕਰ ਸਕਦੇ ਨੇ ਉਹ ਜਿਹੜੀ ਜ਼ਮੀਨ ਦਾ ਕਿਸਾ ਨਾ ਇਹ ਇਹ ਬੋਰਡ ਤੋਂ ਬਗੈਰ ਨਹੀਂ ਅੱਛਾ ਸਹੀ ਹੋਰ ਸੁਣਾਓ ਤੁਸੀਂ ਸਰਦੀ ਸਰਦੀ ਬੜੀ ਆ ਜੀ ਹਾਂ ਸਰਦੀ ਤਾਂ ਦਿਨ ਜਿਹਾ ਹੋਏ ਸਰਦੀ ਇਨਸ਼ਾਅੱਲਾ ਸਰਦੀ ਤਾਂ ਬੜੀ ਹੈ ਠੰਡ ਬੜੀ ਮੈਂਡੀ ਹੈ ਬਿਲਕੁਲ ਠੰਡ ਬਹੁਤ ਜ਼ਿਆਦਾ ਹੈ ਠੰਡੇ ਅਸੀਂ ਪਹਾੜਾਂ ਦੇ ਕਰੀਬ ਆ ਕਸ਼ਮੀਰ ਦੇ ਇਸ ਵਾਰ ਤੇ ਸਾਡੇ ਸਰਦੀ ਜ਼ਿਆਦਾ ਹੈ ਆਹ ਵਾਲੇ ਦਿਨ ਇਹ ਬੰਦਾ ਦਸੰਢਾ ਹੈ ਕਿ ਸਾਡਾ ਇਹ ਕਸ਼ਮੀਰ ਦਾ ਸੇਹ ਨਹੀਂ ਸਮਝ ਲੋਗੇ ਸੇਹ ਸਾਡਾ ਜਿਹੜਾ ਏਰੀਆ ਜੜਾ ਬਿਲਕੁਲ ਇਹ ਕਸ਼ਮੀਰ ਚ ਆਏ ਹਾਂ ਜੀ ਇੱਥੇ ਸਰਦੀ ਜ਼ਿਆਦਾ ਹੈ ਬਦਨਸਬਤ ਬਾਕੀ ਪਾਕਿਸਤਾਨ ਦੇ ਤੇ ਨਾਨਾ ਜੀ ਤੁਸੀਂ ਦੱਸਦੇ ਸੀ ਕਿ ਕਰਤਾਰਪੁਰ ਦੇ ਐਸਾਈਡ ਤੇ ਤਹਿਸੀਲ ਬਟਿਆਲਾ ਆਉਂਦੀ ਹੈ ਮਸਾਲਾ ਤਹਿਸੀਲ ਬਟਿਆਲਾ ਅੱਗੇ ਸ਼ੁਰੂ ਹੁੰਦੀ ਹੈ ਅੱਛਾ ਕਰਤਾਰਪੁਰ ਤੋਂ ਅੱਗੇ ਬਟਿਆਲਾ ਸ਼ੁਰੂ ਹੁੰਦੀ ਹੈ ਹਾਂ ਜੀ ਗੁਰਦਾਸਪੁਰ ਸਾਡੇ ਐ ਮੁੰਡੀ ਖੇਲ ਦੇ ਇੱਧਰ ਸਾਹਮਣੇ ਹੈ ਤਕਰੀਬਨ ਕਰਤਾ ਆ ਨਾ ਪਿੰਡ ਦੋਦੇ ਹਾਂ ਜੀ ਇਹ ਆਖਰੀ ਤਹਿਸੀਲ ਸ਼ਕੜਗੜ ਦਾ ਪਿੰਡ ਹੈ ਹਾਂ ਜੀ ਇਸ ਤੋਂ ਅੱਗੇ ਤਹਿਸੀਲ ਨਾਰੋਵਾਲ ਸਹੀ ਕਰਤਾਰਪੁਰ ਤਹਿਸੀਲ ਸ਼ਕੜਗੜ ਜ ਹੈ ਹਾਂ ਜੀ ਤੇ ਹਿੰਦੂਸਤਾਨ ਦੇ ਪਾਰ ਤਹਿਸੀਲ ਗਰਦਾਸਪੁਰ ਤੇ ਅੱਗੇ ਤਹਿਸੀਲ ਬਟਾਲਾ ਸ਼ੁਰੂ ਹੋ ਜਾਂਦੀ ਹੈ ਸਹੀ ਜੱਸੜ ਤੋਂ ਅੱਗੇ ਬਟਾਲਾ ਤਹਿਸੀਲ ਬਟਾਲਾ ਗਰਮ ਕੱਪੜੇ ਦਾ ਧਾਰੀਆਲ ਉੱਥੇ ਹੀ ਹੈ ਨਾ ਅੱਛਾ ਜੀ ਧਾਰੀਆਲ ਗਰਮ ਕੱਪੜੇ ਦਾ ਕਾਰਖਾਨਾ ਜਿੱਥੇ ਚਲਦਰਾ ਚੂਦਰਾ ਬਣਦੀਆਂ ਹਨ ਤਾਰੀਆ ਅੱਛਾ ਹੋਰ ਬੜੇ ਪੁੱਛਦੇ ਨੇ ਮਰਾੜਾ ਮਰਾੜਾ ਕੋਈ ਪਿੰਡ ਇੱਧਰ ਹੈ ਨਹੀਂ ਕੋਈ ਮਰਾੜਾ ਕਸਬਾ ਸੀ ਅੱਛਾ ਕਸਬਾ ਸੀ ਮਰਾੜਾ ਮਰਾੜਾ ਕਸਬਾ ਸੀ ਤੇ ਮਰਾੜਾ ਜਿਹੜਾ ਹੈ ਚਵਕਰਾ ਤੇ ਮਰਾੜਾ ਹਾਂਜੀ ਰਾਜਪੂਤਾਂ ਦਾ ਪਿੰਡ ਸੀ ਅੱਛਾ ਜੀ ਗੁੱਜਰ ਵੀ ਹੈ ਸਾਨੂੰ ਉਹ ਜਿਹੜੇ ਰਾਜਪੂਤ ਮਾਲਕ ਸਾਨੂੰ ਸਹੀ ਬੜਾ ਮਸ਼ਹੂਰ ਕਸਬਾ ਹੈ ਮਰਾੜਾ ਹਾਂਜੀ ਇਹ ਪਾਕਿਸਤਾਨ ਦੀ ਨਹੀਂ ਇਹ ਹਿੰਦੋ ਹਿੰਦੋਸਤਾਨ ਜਾਈ ਇਹ ਥਾਣਾ ਦੀਨਾ ਨਗਰ ਕਰੋਲ ਰੰਗਾ ਵੀ ਕੋ ਹੈ ਪਿੰਡ ਅਦਰ ਪਾਕਿਸਤਾਨ ਚ ਕਰੋਲ ਰੰਗਾ ਕਰੋਲ ਹੈ ਕਰੋਲ ਰੰਗਾ ਆਹ ਹੈ ਦੇਲ ਕੋ ਹੈ ਪਰ ਈ ਹੈ ਪਰ ਈ ਐ ਸੁਕੋ ਚਖਮਾਲ ਵਾਲੀ ਸਾਈਡ ਤੇ ਆਹ ਇਧਰ ਮਰਾੜਾ ਜਿਹੜਾ ਸੀ ਨਾ ਮੈਨੂੰ ਅੰਦਾਜ਼ਾ ਵੀ ਮਰਾੜੇ ਸਾਡੇ ਪਿੰਡ ਦੇ ਪਾਰਲੇ ਵੀ ਜਾਂਦੇ ਸੀ ਅੱਛਾ ਜੀ ਇਹ ਤਹਿਸੀਲ ਗੁਰਦਾਸਪੁਰ ਚਾ ਥਾਣਾ ਦੀਨਾ ਨਗਰ ਚਾ ਸਹੀ ਆ ਇਸ ਤੋਂ ਅੱਗੇ ਤਹਿਸੀਲ ਪਠਾਨਕੋਟ ਸ਼ੁਰੂ ਹੁੰਦੀ ਆ ਦੀਨਾਨਗਰ ਥਾਣਾ ਸਟੇਸ਼ਨਾਂ ਗੱਡੀ ਦਾ ਗਰਦਾਸਪੁਰ ਤੋਂ ਜਿਹੜੀ ਗੱਡੀ ਪਠਾਨਕੋੜ ਨੂੰ ਜਾਂਦੀ ਹੈ ਨਾ ਹਾਂਜੀ ਇਹ ਹਤੋਂ ਜੱਸੜ ਤੋਂ ਹਾਂਜੀ ਡੇਰੇ ਵਾਲੇ ਪੁਲ ਤੋਂ ਜਾਂਦੀ ਨਾ ਗਰਦਾਸਪੁਰ ਨੂੰ ਹਾਂਜੀ ਤੇ ਗਰਦਾਸਪੁਰ ਤੋਂ ਪਠਾਨਕੋੜ ਨੂੰ ਜਾਂਦੇ ਆ ਪਹਿਲਾ ਗੱਡੀ ਦਾ ਸਟੇਸ਼ਨ ਦੀਨਾਨਗਰ ਅੱਛਾ ਦੀਨਾਨਗਰ ਆਂਦਾ ਸੀ ਦੀਨਾਨਗਰ ਤੋਂ ਅੱਗੇ ਚਾ ਖੋਲਾੜੀ ਅੱਛਾ ਚਾ ਖੋਲਾੜੀ ਤੋਂ ਅੱਗੇ ਪਰਮਾਨੰਦ ਅੱਛਾ ਪਰਮਾਨੰਦ ਤੋਂ ਅੱਗੇ ਸਰਨਾ ਸਰਨਾ ਜਿਹੜਾ ਉਹ ਪੱਕ ਹਿੰਦੁਸਤਾਨ ਦਾ ਹਵਾਈ ਅੱਡਾ ਹੈ। ਅੱਛਾ ਉਹ ਹਵਾਈ ਅੱਡਾ ਸੀ। ਹਾਂ ਹਵਾਈ ਅੱਡਾ ਹੁਣ ਵੀ ਹੈ। ਅੱਛਾ ਜੀ। ਹੁਣ ਵੀ ਹਵਾਈ ਅੱਡਾ ਜੰਗੀ ਅੱਡਾ ਉਹਨਾਂ ਦਾ ਹਵਾਈ ਅੱਡਾ। ਸਰਨੇ ਤੋਂ ਅੱਗੇ ਆ ਪਠਾਨਕੋਟ। ਪਠਾਨਕੋਟ ਇੱਧਰ ਆਂਦਾ ਹੈ। ਇਹ ਸਾਹਮਣੇ ਜਿਹੜੀ ਛੜ ਛੜ ਖਲਾਸਪੁਰ ਵਾਲੀ ਬਾਹਰ ਵਾਲਾਂ ਨੂੰ ਜਾਂਦੀ ਹੈ ਸਿੱਧੀ ਪਠਾਨਕੋਟ। ਅੱਛਾ ਛਲਾਸਪੁਰ ਵਾਲੀ ਜਿਹੜੀ ਸਿੱਧੀ ਸੜਕ ਹੈ ਜਾਂਦੀ ਹੈ ਪਠਾਨਕੋਟ। ਪਠਾਨਕੋਟ ਹੈ। ਬਾਹਰਵਾਲ ਛਕੜਗੜ ਤੇ ਪਠਾਨਕੋਟ ਦੇ ਸੈਂਟਰ ਹੈ। ਸਹੀ। ਪਠਾਨ ਪਠਾਨ ਕੋਡ ਦਾ ਅੱਡਾ ਕਹਿੰਦੇ ਨੇ ਉਹ ਅੱਡਾ ਸਰਨਾ ਹੈ ਸਰਨਾ 5-7 ਮੀਲ ਪਿੱਛੇ ਸ਼ਹਿਰ ਤੋਂ ਸਹੀ ਹਾਂਜੀ ਸਰਨਾ ਅਸੀਂ ਬੰਦ ਦੇ ਪ੍ਰਸਾਦ ਨੂੰ ਜਾਂਦੇ ਰਿਆਂ ਤਾਂ ਗੱਡੀ ਜਿਹੜੀ ਰੇਲ ਜਾਂਦੀ ਸੀ ਨਾ ਉਹਨਾਂ ਦੀ ਹਾਂਜੀ ਉਹਦੀ ਆਵਾਜ਼ ਸੁਣਾਉਂਦੀ ਸੀ ਅੱਛਾ ਹੁਣ ਤੇ ਆਵਾਜ਼ਾਂ ਜ਼ਿਆਦਾ ਹੋ ਗਈਆਂ ਆਵਾਜ਼ਾਂ ਜ਼ਿਆਦਾ ਹੋ ਗਈਆਂ ਨਾ ਆਬਾਦੀ ਜ਼ਿਆਦਾ ਸ਼ੋਰ ਗੱਡੀ ਜਿਸ ਨਾਲ ਚੱਲਦੀ ਹੈ ਬਿਲਕੁਲ ਉੱਥੇ ਗਿਆ ਉਹ ਸੁਣਾਉਂਦੀ ਸੀ ਵੀ ਗੱਡੀ ਜਾ ਰਹੀ ਹੈ ਸਹੀ ਰੇਲ ਚਲੋ ਸਹੀ ਹੋ ਗਿਆ ਨਾ ਨਹੀਂ ਮੈਂ ਚਲੋ ਗੱਪ-ਸ਼ਪ ਥੋੜੀ ਜਿਹੀ ਲੱਗ ਜਾਈ ਤੇ ਨਾਲੇ ਸਾਡੇ ਕਈ ਪਾਕਿਸਤਾਨੀ ਬਜ਼ੁਰਗ ਵੀ ਤੇ ਕਈ ਆਪਣੇ ਦੂਸਰੇ ਵੀ ਪੁੱਛਦੇ ਸੀ ਸਾਨੂੰ ਦੂਸਰੀ ਸਾਈਡ ਵਾਲੇ ਵੀ ਕਿ ਇਹ ਚਲੋ ਤੁਹਾਨੂੰ ਜਿਹੜਾ ਦੱਸਿਆ ਬਿਹਤਰ ਹੋ ਗਿਆ ਕਿ ਜੇ ਅਗਰ ਕਿਸੇ ਨੂੰ ਜ਼ਮੀਨ ਨਾਲ ਆੜਨੀ ਹੋਈ ਹਾਂਜੀ ਜਿਹੜੇ ਇੰਡੀਆ ਚੋਂ ਪਾਕਿਸਤਾਨ ਆਏ ਨੇ ਜਾਂ ਪਾਕਿਸਤਾਨ ਚੋਂ ਇੰਡੀਆ ਆਏ ਨੇ ਤਾਂ ਆਪਣੇ ਰੈਨਵੇਓ ਬੋਰਡ 'ਚ ਪਤਾ ਕਰਨ ਹਾਂ ਬਿਲਕੁਲ ਉੱਥੇ ਪਤਾ ਕਰੋ ਉੱਥੇ ਰਿਕਾਰਡ ਹੈ ਉੱਥੇ ਰਿਕਾਰਡ ਹੋਏਗਾ ਉਸ ਬੋਰਡ 'ਚ ਨੰਬਰ ਵਾਈਜ਼ ਅਲਮਾਰੀਆਂ ਨੇ ਅੱਛਾ ਜੀ ਤਹਿਸੀਲ ਪਠਾਨਕੋਟ ਤਹਿਸੀਲ ਗਰਦਾਸਪੁਰ ਤਹਿਸੀਲ ਬਟਾਲਾ ਹਾਂਜੀ ਉਹ ਉਹ ਹਰ ਅਲਮਾਰੀ ਜੇ ਉਸ ਤਹਿਸੀਲ ਦਾ ਰਿਕਾਰਡ ਹੈ ਸਹੀ ਆ ਪਟਵਾਰੀ ਦਾ ਬਸਤਾ ਬੰਦ ਕੇ ਰੱਖਿਆ ਦਾ ਸਹੀ ਹੈ ਹਾਂ ਬਿਲਕੁਲ ਇਹ ਲਾਹੌਰ ਹਾਂ ਲਾਹੌਰ ਇਸੇ ਤਰ੍ਹਾਂ ਹਿੰਦੁਸਤਾਨ ਚ ਇਸੇ ਤਰ੍ਹਾਂ ਹਿੰਦੁਸਤਾਨ ਚ ਹਾਂ ਉਹ ਉਹਨਾਂ ਸਾਡਾ ਰਿਕਾਰਡ ਉਧਰ ਭੇਜ ਦਿੱਤਾ ਇਹਨਾਂ ਮਹਫੂਜ਼ ਰਿਕਾਰਡ ਜਿਹੜਾ ਸੀ ਉਧਰ ਭੇਜ ਉਧਰ ਭੇਜ ਦਿੱਤਾ ਚਲੋ ਜੀ ਨਾਜ਼ਿਰ ਅਸੀਂ ਕਾਫੀ ਸਾਡੇ ਦੋਸਤ ਜਿਹੜੇ ਨੇ ਕਈ ਸਾਡੇ ਬਜ਼ੁਰਗ ਪਾਕਿਸਤਾਨੀ ਵੀ ਤੇ ਦੂਸਰੀ ਸਾਈਡ ਤੋਂ ਵੀ ਪੁੱਛਦੇ ਸੀ ਕਿ ਯਾਰ ਸਾਨੂੰ ਜਗਾ ਸਾਨੂੰ ਜ਼ਮੀਨ ਅਲਾੜ ਨਹੀਂ ਹੋਈ 47 ਤੋਂ ਬਾਅਦ ਤੋਂ ਨਾਨਾ ਹੀ ਦੱਸਦੇ ਪਏ ਨੇ ਕਿ ਇਧਰੋਂ ਨਾ ਇਧਰ ਵਾਲਿਆਂ ਨੂੰ ਉਧਰੋਂ ਪਤਾ ਲੱਗ ਸਕਦਾ ਨਾ ਉਧਰ ਵਾਲਿਆਂ ਨੂੰ ਇਧਰੋਂ ਪਤਾ ਲੱਗ ਸਕਦਾ ਤੁਸੀਂ ਆਪਣੇ ਆਪਣੇ ਜਾਂ ਜਿਹੜੇ ਪਾਕਿਸਤਾਨੀ ਨੇ ਉਹ ਲਾਹੌਰ ਬੋਰਡ ਚ 92 ਬੋਰਡ ਚ ਪਤਾ ਕਰ ਸਕਦੇ ਨੇ ਜਿਹੜੇ ਉਹ ਸਾਈਡ ਤੇ ਨੇ ਹਿੰਦੁਸਤਾਨ ਚ ਨੇ ਉਹ ਆਪਣੇ ਹਿੰਦੁਸਤਾਨ ਚ 92 ਬੋਰਡ ਚ ਪਤਾ ਕਰ ਸਕਦੇ ਨੇ ਜੇ ਅਗਰ ਕੋ ਤੁਹਾਨੂੰ ਆਪਣੇ ਦਾਦੇ ਪੜਦਾਦੇ ਦਾ ਨਾਂ ਦਾ ਪਤਾ ਹੋਇਆ ਜਾਂ ਤਰੀਖ ਦਾ ਸ਼ਬਦ ਆਇਆ ਤੇ ਦੌੜ ਕਰੋ ਥੋੜੀ ਬੋਦੀ ਤੋਂ ਮਿਲ ਸਕਦਾ ਹਾਂ کافی ਦੋਸ ਸਾਡੇ ਪੁੱਛਦੇ ਸੀ ਤੇ ਮੈਂ ਕਿਹਾ ਚਲੋ ਨਾਨਾ ਹੀ ਸੁਆਬ ਨਾਲ ਆਏ ਨੇ ਤੇ ਚਲੋ ਥੋੜੀ ਜਿਹੀ ਗੱਪਸ਼ਪ ਲਾ ਲਈਏ ਨਾਲੇ ਆਪਣੇ ਨਾਜ਼ਰਿਨ ਨੂੰ ਦੱਸ ਦਈਏ ਤਾਂ ਕਿ ਸਾਡੀ ਵੀਡੀਓ ਅੱਛੀ ਲੱਗੇ ਸਾਡੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਲਾਜ਼ਮੀ ਕਰਿਓ ਨਵੇਂ ਦੋਸਤ ਚੈਨਲ ਤੇ ਆਉਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਆਪਣੀਆਂ ਦੁਆਵਾਂ ਚ ਯਾਦ ਰੱਖਿਓ ਅੱਲਾਹ ਤਾਲਾ ਤੁਹਾਨੂੰ ਆਪਣੇ ਹਿਫਜ਼ਮਾਂ ਚ ਰੱਖੇ ਤਨਵੀਰ ਖਾਨ ਕਾਵਿਸ਼ ਨੂੰ ਦਿਵਾ ਇਜਾਜ਼ਤ ਅੱਲਾਹ ਹਾਫਿਜ਼